ਹੈਲਥ ਮਿਨਿਸਟਰ ਦੇ ਦਿੱਤੇ ਬਿਆਨ ਤੋਂ ਬਾਅਦ ਨਿਊਜ਼ 18 ਦੀ ਟੀਮ ਉਹਨਾਂ ਸਰਕਾਰੀ ਸਕੂਲਾਂ ਦੇ ਵਿੱਚ ਪਹੁੰਚੀ ਹੈ ਜਿੱਥੇ ਸਕੂਲੀ ਬੱਚਿਆਂ ਨੂੰ ਡੇਂਗੂ ਦੇ ਪ੍ਰਤੀ ਲਾਰਵੇ ਦੇ ਦੱਸਣ ਨੂੰ ਲੈ ਕੇ ਜਿੱਥੇ ਇੱਕ ਨੰਬਰ ਦਿੱਤੇ ਜਾਣ ਦੀ ਗੱਲ ਕਹੀ ਹੈ ਤਾਂ ਇਸ ਨੂੰ ਲੈ ਕੇ ਲੁਧਿਆਣਾ ਦੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਸਰਕਾਰੀ ਸਕੂਲ 'ਚ ਅਸੀਂ ਪਹੁੰਚੇ ਹਾਂ। ਸਭ ਤੋਂ ਪਹਿਲਾਂ ਤਸਵੀਰਾਂ ਅਸੀਂ ਦਿਖਾਵਾਂਗੇ ਸਰਕਾਰੀ ਸਕੂਲ ਦੇ ਵਿੱਚ ਜਿਹੜੇ ਬੱਚੇ ਨੇ ਉਹਨਾਂ ਨੂੰ ਵੀ ਜਿਹੜਾ ਗਾਈਡ ਕੀਤਾ ਗਿਆ, ਸਕੂਲ ਦੇ ਪ੍ਰਿੰਸੀਪਲ ਵੀ ਨੇ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਸਰ, ਕਿਸ ਤਰੀਕੇ ਦੀ ਗਾਈਡਲਾਈਨਸ ਆਈ ਹੈ, ਕਿਉਂਕਿ ਸਿਹਤ ਮੰਤਰੀ ਦਾ ਇੱਕ ਜਿਹੜਾ ਬਿਆਨ ਸਾਹਮਣੇ ਆਇਆ, ਉਹਨਾਂ ਨੇ ਕਿਹਾ ਕਿ ਸਕੂਲੀ ਬੱਚਿਆਂ ਨੂੰ ਖਾਸ ਕਰ ਡੇਂਗੂ ਨਾਲ ਨਜਿੱਠਣ ਦੇ ਲਈ ਪ੍ਰੇਰਿਤ ਕੀਤਾ ਗਿਆ। ਅਗਰ ਉਹ ਲਾਰਵੇ ਦੇ ਬਾਰੇ ਦੱਸਣਗੇ ਤਾਂ ਉਹਨਾਂ ਨੂੰ ਨੰਬਰ ਜਿਹੜੇ ਆ ਉਹਨਾਂ ਨੂੰ ਐਕਸਟਰਾ ਇੱਕ ਨੰਬਰ ਮਿਲੇਗਾ। ਬਿਲਕੁਲ, ਜੋ ਪੰਜਾਬ ਸਰਕਾਰ ਦੀ ਗਾਈਡਲਾਈਨ ਆਈ ਹੈ, ਸਾਡੇ ਸਿਹਤ ਮੰਤਰੀ ਸਾਹਿਬਾਨ ਜੀ ਦੋ ਜੋ ਸਾਨੂੰ ਗਾਈਡਲਾਈਨ ਦੇਣਗੇ, ਉਸ ਗਾਈਡਲਾਈਨ ਦੇ ਅਕੋਰਡਿੰਗਲੀ ਜਿਵੇਂ ਸਾਡੇ ਕੋਲ ਬੱਚਿਆਂ ਦੀ ਰਿਪੋਰਟਿੰਗ ਆਏਗੀ ਅਸੀਂ ਉਹਨਾਂ ਨੂੰ ਨੰਬਰ ਦੇਵਾਂਗੇ। ਅਤੇ ਇੱਕ ਛੋਟਾ ਜਿਹਾ ਅਸੀਂ ਪਾਇਲਟ ਪ੍ਰੋਜੈਕਟ ਚਲਾਇਆ ਸੀ, ਉਸ ਪਾਇਲਟ ਪ੍ਰੋਜੈਕਟ ਵਿੱਚ ਅਸੀਂ ਬੱਚਿਆਂ ਕੋਲੋਂ ਇਹਦੇ ਬਾਰੇ ਪੋਸਟਰ ਮੇਕਿੰਗ ਕੰਪੀਟੀਸ਼ਨ ਕਰਵਾਇਆ। ਉਸ ਤੋਂ ਇਲਾਵਾ ਅਸੀਂ ਸਾਡੇ ਲੁਧਿਆਣੇ ਦੀ ਸਿਹਤ ਵਿਭਾਗ ਦੀ ਜਿਹੜੀ ਟੀਮ ਹੈ ਉਹ ਸਾਡੇ ਸਕੂਲ 'ਚ ਵਰਕਸ਼ਾਪ ਕਰਨ ਵਾਸਤੇ ਆਈ, ਉਹ ਜਿੱਦਾਂ ਦੀਆਂ ਗਾਈਡਲਾਈਨਸ ਉਹਨਾਂ ਨੇ ਦਿੱਤੀਆਂ ਉਹਨਾਂ ਦੇ ਅਕੋਰਡਿੰਗਲੀ ਅਸੀਂ ਬੱਚਿਆਂ ਦੇ ਕੋਲੋਂ ਰਿਪੋਰਟਿੰਗ ਮੰਗੀ। ਉਸ ਰਿਪੋਰਟਿੰਗ ਦੇ ਵਿੱਚ ਉਹਨਾਂ ਬੱਚਿਆਂ ਨੇ ਸਾਨੂੰ ਇਹ ਦੱਸਿਆ ਵੀ ਕਿਸ ਜਗ੍ਹਾ ਦੇ ਉੱਤੇ ਕਿਸੇ ਗਮਲੇ ਵਿੱਚ ਵੀ ਪਾਣੀ ਪਿਆ, ਅਸੀਂ ਉਹਨੂੰ ਪਾਣੀ ਨੂੰ ਡਿਸਪੋਜ਼ ਕੀਤਾ। ਇਸ ਲਈ ਉਹ ਬੱਚੇ ਲਿਸਟਡ ਹੋ ਜਾਣਗੇ, ਜਿਹੜੇ ਬੱਚੇ ਇਸ ਵਿੱਚ ਕੰਮ ਕਰਨਗੇ ਅਸੀਂ ਉਹਨਾਂ ਨੂੰ ਜੋ ਗ੍ਰੇਸ ਮਾਰਕਸ ਉਹਨਾਂ ਦੇ ਬਣਦੇ ਹੋਣਗੇ ਨਿਯਮਾਂ ਦੇ ਅਨੁਸਾਰ ਅਸੀਂ ਉਹਨਾਂ ਨੂੰ ਦੇਵਾਂਗੇ। ਸਰ, ਕਿਸ ਤਰੀਕੇ ਦੇ ਨਾਲ ਬੱਚੇ, ਤੁਸੀਂ ਸਟਰੈਂਥ ਕਾਫੀ ਦੱਸ ਰਹੇ ਹੋ, ਬੱਚਿਆਂ ਦੀ 5000 ਦੇ ਕਰੀਬ ਬੱਚੇ ਨੇ ਕਿਉਂਕਿ ਸਭ ਤੋਂ ਵੱਡਾ ਸ਼ਹਿਰ ਦਾ ਸਕੂਲ ਹੈ, ਤਾਂ ਇਸੇ ਕਰਕੇ ਜ਼ਿਆਦਾਤਰ ਜਿਹੜੇ ਬੱਚੇ ਨੇ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਜਿਹੜੀ ਜਾਣਕਾਰੀ ਉਹ ਸਾਂਝੀ ਕੀਤੀ ਗਈ ਹੈ? ਦੇਖੋ, ਬੱਚੇ ਸਾਡੇ ਕੋਲ ਬਹੁਤ ਜ਼ਿਆਦਾ, ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਪਰ ਸਾਰੇ ਦੇ ਸਾਰੇ ਬੱਚੇ ਇਹਦੇ ਵਾਸਤੇ ਐਕਟਿਵ ਹੀ ਨਹੀਂ ਹੋਣਗੇ। ਸਾਡੇ ਕੋਲ NSS ਵਿੰਗ ਹੈ, ਸਾਡੇ ਕੋਲ ਸਕਾਊਟਸ ਵਿੰਗ ਹੈ, ਅਸੀਂ ਉਹਨਾਂ ਸਾਰੇ ਵਿੰਗਸ ਦੇ ਜਿਹੜੇ ਹੈੱਡ ਨੇ ਉਹਨਾਂ ਨੂੰ ਲੈ ਕੇ ਉਹਨਾਂ ਦੀ ਅੱਗੇ ਕੌਂਸਲਿੰਗ ਬਣਾ ਕੇ ਉਹਨਾਂ ਦਾ ਇੱਕ ਗਰੁੱਪ ਬਣਾ ਕੇ ਅਸੀਂ ਉਹਨਾਂ ਨੂੰ ਡਿਊਟੀਆਂ ਡਿਪਿਊਟ ਕਰਾਂਗੇ, ਜਿਸ ਦੇ ਅਕੋਰਡਿੰਗਲੀ ਉਹ ਬੱਚੇ ਸਾਨੂੰ ਰਿਪੋਰਟਿੰਗ ਕਰਨਗੇ ਅਤੇ ਅਸੀਂ ਉਹਨਾਂ ਰਿਪੋਰਟਿੰਗ ਦੇ ਉੱਤੇ ਹੀ ਉਹਨਾਂ ਨੂੰ ਗ੍ਰੇਸ ਮਾਰਕ ਪ੍ਰੋਵਾਈਡ ਕਰਾਂਗੇ। ਸੋ ਬੱਚੇ ਵੀ ਨੇ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿਸ ਤਰੀਕੇ ਦੇ ਨਾਲ ਹਦਾਇਤਾਂ ਨੇ ਡੇਂਗੂ ਨਾਲ ਨਜਿੱਠਣ ਦੇ ਲਈ ਔਰ ਕਿਸ ਤਰੀਕੇ ਦੇ ਪ੍ਰਕੋਸ਼ਨ ਰੱਖਣ ਦੀ ਗੱਲ ਕਹੀ ਹੈ। ਸਾਨੂੰ ਨਿਰੰਤਰ ਕੂਲਰ ਦਾ ਪਾਣੀ ਬਦਲਦੇ ਰਹਿਣਾ ਚਾਹੀਦਾ ਹੈ ਕਿਉਂਕਿ ਕੂਲਰ ਦੇ ਵਿੱਚ ਵੀ ਕਈ ਵਾਰ ਪਾਣੀ ਇਕੱਠਾ ਹੋ ਜਾਂਦਾ, ਉਸ ਵਿੱਚ ਡੇਂਗੂ ਦਾ ਲਾਰਵਾ ਪੈਦਾ ਹੋਣਾ ਸ਼ੁਰੂ ਹੋ ਜਾਂਦਾ ਹੈ ਅਤੇ ਸਾਨੂੰ ਕੂਲਰ ਦੀ ਫਾਈਬਰ ਨੂੰ ਵੀ ਹਮੇਸ਼ਾ ਸਾਫ਼ ਰੱਖਣਾ ਚਾਹੀਦਾ ਹੈ ਕਿਉਂਕਿ ਕਈ ਵਾਰ ਉਸ ਉੱਤੇ ਵੀ ਪਾਣੀ ਦੇ ਕਣ ਰਹਿ ਜਾਂਦੇ ਹਨ। ਸਾਨੂੰ ਉਸ ਉੱਤੇ ਮਿੱਟੀ ਦੇ ਤੇਲ ਦਾ ਛਿੜਕਾਅ ਕਰਨਾ ਚਾਹੀਦਾ। ਇੱਕ ਨੰਬਰ ਐਕਸਟਰਾ ਦੇਣ ਦੀ ਗੱਲ ਕਹੀ ਹੈ ਕਿ ਜਿਹੜਾ ਬੱਚਾ, ਸਕੂਲੀ ਬੱਚਾ ਜਿਹੜਾ ਜਾ ਕੇ ਆਪਣੇ ਸਕੂਲ ਦੇ ਟੀਚਰਾਂ ਨੂੰ ਦੱਸੇਗਾ ਕਿ ਇੱਥੇ ਡੇਂਗੂ ਦਾ ਪ੍ਰਕੋਪ ਪੈਦਾ ਹੋ ਸਕਦਾ ਜਾਂ ਇੱਥੇ ਲਾਰਵਾ ਹੈਗਾ ਤਾਂ ਦੱਸੇਗਾ, ਉਹਨੂੰ ਇੱਕ ਨੰਬਰ ਐਕਸਟਰਾ ਮਿਲੇਗਾ? ਹਾਂਜੀ ਸਰ, ਮਿਲੇਗਾ ਕਿਉਂਕਿ ਸਰ ਉਹਨਾਂ ਨੇ ਕਿਹਾ ਹੀ ਹੈ ਵੀ ਅਸੈਸ ਗ੍ਰੇਸ ਮਾਰਕਸ ਮਿਲਣਗੇ ਉਹਦੇ। ਅਤੇ ਹੁਣ ਕਿਤੇ ਦੇਖਿਆ ਤੁਸੀਂ ਜਾ ਕੇ ਆਲੇ ਦੁਆਲੇ? ਯੈਸ ਸਰ, ਅਸੀਂ ਗਏ ਵੀ ਸੀਗੇ, ਕੀ ਕਹਿੰਦੇ ਨੇ, ਸਕੂਲ ਦੇ ਵਿੱਚ ਰਿਸੈਸ ਟਾਈਮ ਵੀ ਜਾਂਦੇ ਹੁੰਦੇ ਹਾਂ, ਸਾਨੂੰ ਕਿਤੇ ਵੀ ਦੇਖਦਾ ਸੀ ਸਰ, ਉਹਨਾਂ ਨੂੰ ਇਨਫੋਰਮ ਕਰ ਦਿੰਦੇ ਹਾਂ ਵੀ ਸਰ ਉੱਥੇ ਪਾਣੀ ਹੈਗਾ, ਉਹਨੂੰ ਸਾਫ਼ ਕਰਾ ਦਿੱਤਾ ਜਾਵੇ। ਕਿਵੇਂ ਦੇਖਦੇ ਹੋ ਜੀ ਡੇਂਗੂ ਨੂੰ ਲੈ ਕੇ ਨਜਿੱਠਣ ਦੇ ਲਈ ਕਿ ਡੇਂਗੂ ਜਿਹੜਾ ਫੈਲ ਰਿਹਾ ਉਸਨੂੰ ਰੋਕਣ ਦੇ ਲਈ ਸਕੂਲਾਂ ਦੀ ਜਿਹੜੇ ਬੱਚਿਆਂ ਦੀ ਮਦਦ? ਸਰ, ਬੱਚੇ ਪੂਰੇ ਸਕੂਲ ਦੇ ਵਿੱਚ ਜਿਵੇਂ ਘੁੰਮਦੇ ਹੀ ਨੇ ਸਰ, ਰਿਸੈਸ ਦੇ ਟਾਈਮ ਜਾਂਦੇ ਨੇ, ਹਰ ਕਿਤੇ ਪਾਣੀ ਖੜ੍ਹਾ ਹੁੰਦਾ ਵਾ ਤਾਂ ਉਹ ਜ਼ਰੂਰ ਦੇਖਦੇ ਨੇ ਕਿੱਥੇ ਪਾਣੀ ਖੜ੍ਹਾ ਵਾ, ਤਾਂ ਉਹ ਟੀਚਰਾਂ ਨੂੰ ਇਨਫੋਰਮ ਕਰਦੇ ਨੇ, ਜਿਸ ਨਾਲ ਟੀਚਰ ਸਫਾਈ ਕਰਮਚਾਰੀਆਂ ਦੇ ਦੁਆਰਾ ਉਹਨਾਂ ਪਾਣੀ ਨੂੰ ਸਾਫ਼ ਕਰਾਉਂਦੇ ਨੇ। ਜਿਵੇਂ ਸਰ ਹੁਣ ਆਪਣੇ ਛੱਤਾਂ ਦੇ ਉੱਪਰ ਪਾਣੀ ਹੈ, ਉੱਥੇ ਪਾਣੀ ਇਕੱਠਾ ਹੁੰਦਾ, ਛੱਤਾਂ ਦਾ ਮੀਂਹ ਦਾ ਪਾਣੀ ਸਾਫ਼ ਪਾਣੀ ਹੁੰਦਾ, ਤਾਂ ਸਾਫ਼ ਪਾਣੀ ਸਰ ਜਦ ਇਕੱਠਾ ਹੋ ਕੇ ਸਾਡੇ ਸਕੂਲ ਦੇ ਪਿੱਛੇ ਪਾਣੀ ਨੂੰ ਇਕੱਠਾ ਕਰਨ ਵਾਲਾ ਵੀ ਬਣਿਆ ਹੁੰਦਾ, ਠੀਕ ਹੈ, ਉਹ ਇਕੱਠਾ ਪਾਣੀ ਛੱਤਾਂ ਤੋਂ ਕੱਢ ਲਿਆ ਜਾਂਦਾ, ਜਿਸ
ਕਾਰਨ ਉੱਥੇ ਡੇਂਗੂ ਦਾ ਮੱਛਰ ਪੈਦਾ ਨਹੀਂ ਹੁੰਦਾ, ਲਾਰਵਾ ਪੈਦਾ ਨਹੀਂ ਹੁੰਦਾ, ਜਿਸ ਕਾਰਨ ਡੇਂਗੂ ਦਾ ਮੱਛਰ ਵੀ ਪੈਦਾ ਨਹੀਂ ਹੁੰਦਾ। ਅਤੇ ਜਿਹੜਾ ਸਰ ਉਹ ਸਾਫ਼ ਪਾਣੀ ਹੈ ਇੱਥੇ ਪੌਦਿਆਂ ਲਈ ਵਰਤਿਆ ਜਾਂਦਾ, ਪੌਦਿਆਂ ਲਈ ਵਰਤਿਆ ਜਾਂਦਾ। ਹਾਂਜੀ, ਤਾਂ ਆਲੇ ਦੁਆਲੇ ਨੂੰ ਲੈ ਕੇ ਕਿਸ ਤਰੀਕੇ ਦੇ ਨਾਲ ਦੇਖਦੇ ਹੋ? ਕਿਉਂਕਿ ਆਮ ਤੌਰ 'ਤੇ ਆਪਾਂ ਘਰਾਂ 'ਚ ਜਾਂਦੇ ਆਲੇ ਦੁਆਲੇ ਕਿਤੇ ਵੀ ਆਪਾਂ ਦੇਖਦੇ ਹਾਂ ਕਿਤੇ ਪਾਣੀ ਖੜਾ, ਕਿਤੇ ਲਾਰਵਾ, ਤਾਂ ਫਿਰ ਸਰ ਜਿਵੇਂ ਮੇਨਲੀ ਆ ਮੀਂਹ ਦੇ ਉੱਪਰ ਜਿਵੇਂ ਛੱਤਾਂ ਦੇ ਉੱਪਰ ਕਈ ਸਮਾਨ ਰੱਖੇ ਹੁੰਦੇ ਨੇ, ਉਹਨਾਂ ਵਿੱਚ ਪਾਣੀ ਇਕੱਠਾ ਹੋ ਜਾਂਦਾ, ਕੂਲਰਾਂ ਵਿੱਚ ਪਾਣੀ ਇਕੱਠਾ ਹੋ ਜਾਂਦਾ, ਜਿਸ ਕਾਰਨ ਡੇਂਗੂ ਦਾ ਮੱਛਰ ਜ਼ਿਆਦਾ ਫੈਲਦਾ। ਅਤੇ ਸਰ ਜੇ ਡੇਂਗੂ ਤੋਂ ਬਚਣ ਦੇ ਲਈ ਜ਼ਿਆਦਾਤਰ ਇਹ ਆਪਣੀ ਪੈਰਾਂ ਦੀ ਹਾਈਟ ਤੱਕ ਹੀ ਰਹਿੰਦਾ, ਤਾਂ ਆਪਾਂ ਨੂੰ ਫੁੱਲ ਬਾਂਹ ਵਾਲੇ ਕੱਪੜੇ ਪਾ ਕੇ ਰੱਖਣੇ ਚਾਹੀਦੇ, ਜਿਸ ਕਾਰਨ ਉਹ ਆਪਣੇ ਸਰੀਰ ਨੂੰ ਟੱਚ ਨਾ ਕਰ ਸਕੇ ਅਤੇ ਆਪਣੇ ਜ਼ਹਿਰ ਆਪਣੀ ਬੋਡੀ 'ਚ ਨਾ ਰੱਖ। ਲੱਗਦਾ ਜੀ ਇੱਕ ਨੰਬਰ ਐਕਸਟਰਾ ਮਿਲੂਗਾ ਡੇਂਗੂ ਨਾਲ ਨਜਿੱਠਣ ਦੇ ਲਈ, ਬੱਚੇ ਅੱਗੇ ਆ ਰਹੇ ਨੇ? ਹਾਂਜੀ ਬਿਲਕੁਲ, ਕਿਉਂਕਿ ਡੇਂਗੂ ਬਹੁਤ ਜ਼ਿਆਦਾ ਫੈਲਦਾ ਹੈ ਬਰਸਾਤਾਂ ਦੇ ਮੌਸਮ 'ਚ, ਤਾਂ ਸਾਨੂੰ ਬਹੁਤ ਕੁਛ ਕਰਨਾ ਚਾਹੀਦਾ ਇਹਦੇ ਲਈ, ਜਿਵੇਂ ਕਿ ਪੌਦਿਆਂ ਨੂੰ ਪਾਣੀ ਦਿੰਦੇ ਦਿੰਦੇ ਪਾਈਪ ਫਟ ਜਾਂਦੀ ਹੈ ਜਾਂ ਸਪਲਾਈ ਸੜਕਾਂ 'ਤੇ ਹੋਣ ਲੱਗ ਜਾਂਦੀ ਹੈ, ਉਹ ਤੋਂ ਬਚਣਾ ਚਾਹੀਦਾ। ਜਿਹੜਾ ਸਾਫ਼ ਪਾਣੀ ਹੁੰਦਾ ਉਹ ਸੜਕਾਂ 'ਤੇ ਨਹੀਂ ਸੁੱਟਣਾ ਚਾਹੀਦਾ। ਹੋਰ ਵੀ ਬਹੁਤ ਹਦਾਇਤਾਂ ਨੇ ਇਹ, ਮਤਲਬ ਤੁਸੀਂ ਕਿਸ ਤਰੀਕੇ ਦੇ ਨਾਲ ਗਾਈਡ ਕੀਤਾ ਗਿਆ ਤੁਹਾਨੂੰ ਥੋੜ੍ਹਾ ਦੱਸੋਗੇ? ਆਮ ਤੌਰ 'ਤੇ ਬੱਚੇ ਜਿਹੜੇ ਖੇਡਣ ਵੱਲ ਧਿਆਨ ਰੱਖਦੇ ਨੇ, ਕਿਉਂਕਿ ਸਰਕਾਰ ਦੀਆਂ ਹਦਾਇਤਾਂ ਨੇ ਕਿ ਬੱਚਿਆਂ ਨੂੰ ਇੱਕ ਨੰਬਰ ਐਕਸਟਰਾ ਦਿੱਤਾ ਜਾਊਗਾ, ਨਾਲ ਉਹ ਜੇਕਰ ਜਾਣਕਾਰੀ ਦਿੰਦੇ ਨੇ ਲਾਰਵੇ ਬਾਰੇ, ਉਹਨਾਂ ਨੂੰ ਕੋਈ ਦਿਸਦਾ ਪਾਣੀ ਕਿਤੇ ਖੜਾ ਦਿਸਦਾ? ਹਾਂਜੀ ਦਿਸਦਾ, ਪਰ ਸਾਡਾ ਫਰਜ਼ ਮੰਨਦਾ ਵੀ ਅਸੀਂ ਵੀ ਉਸਨੂੰ ਸਾਫ਼ ਕਰੀਏ ਅਤੇ ਉਸਨੂੰ ਖਤਮ ਕਰੀਏ। ਕਿਵੇਂ ਦੇਖਦੇ ਹੋ ਜੀ ਸਕੂਲ ਦੇ ਵਿੱਚ ਜਾਰੀ ਕਰ ਦਿੱਤੇ ਆਦੇਸ਼ ਬੱਚਿਆਂ ਨੂੰ? ਸਾਨੂੰ ਸਾਰਾ ਸਾਫ਼ ਕਰਕੇ ਰੱਖਣਾ ਚਾਹੀਦਾ, ਕੋਈ ਪਾਣੀ ਨਹੀਂ ਖੜਾ ਕਰਨਾ ਚਾਹੀਦਾ ਇੱਧਰ ਸਕੂਲ ਦੇ ਵਿੱਚ। ਹਰ ਕੋਈ ਵੀ ਬੱਚਾ ਇਹ ਵੇਖੂਗਾ ਕਿ ਪਾਣੀ ਖੜਾ ਹੋਇਆ ਵਾ ਤਾਂ ਉਹਨੂੰ ਸਰ ਨੂੰ ਦੱਸਣਾ ਚਾਹੀਦਾ, ਟੀਚਰ ਨੂੰ ਦੱਸਣਾ ਚਾਹੀਦਾ, ਉਹ ਫਿਰ ਉਹ ਸਾਫ਼ ਕਰਵਾ ਦੇਣਗੇ। ਸਕੂਲ ਬਾਰੇ ਦੱਸਿਆ ਗਿਆ, ਆਲੇ ਦੁਆਲੇ ਬਾਰੇ ਵੀ ਦੱਸਿਆ ਗਿਆ? ਆਲੇ ਦੁਆਲੇ ਬਾਰੇ ਵੀ ਦੱਸਿਆ ਵਾ ਕਿ ਬਾਹਰ ਵੀ ਅਗਰ ਤੁਸੀਂ ਦੇਖੋ ਕਿੱਥੇ ਪਾਣੀ ਖੜਿਆ ਹੋਇਆ ਵਾ ਤਾਂ ਉਹ ਵੀ ਤੁਸੀਂ ਸਾਫ਼ ਕਰਨਾ, ਉਹ ਵੀ ਸਾਡੀ ਡਿਊਟੀ ਹੈਗੀ ਆ, ਉਹ ਬਾਹਰ ਵੀ ਤਾਂ ਸਾਡਾ ਹੀ ਹੈਗਾ ਤਾਂ ਅਸੀਂ ਉਹਨੂੰ ਵੀ ਸਾਫ਼ ਕਰਕੇ ਰੱਖਣਾ, ਸਕੂਲ ਵੀ ਸਾਫ਼ ਕਰਕੇ ਰੱਖਣਾ ਵਾ, ਸਕੂਲ ਵੀ ਸਾਫ਼। ਹਾਂਜੀ, ਇੱਕ ਨੰਬਰ ਐਕਸਟਰਾ ਦੇਣ ਦੀ ਗੱਲ ਕਹੀ ਹੈ, ਇੱਕ ਨੰਬਰ ਐਕਸਟਰਾ ਮਿਲੂਗਾ, ਪਰ ਲੱਗਦਾ ਇੱਕ ਨੰਬਰ ਅਗਰ ਇੱਕ ਤੁਸੀਂ ਇੱਕ ਜਗ੍ਹਾ ਦਾ ਦੱਸਦੇ ਇੱਕ ਨੰਬਰ ਐਕਸਟਰਾ ਹੋ ਗਿਆ। ਹਾਂਜੀ, ਥੈਂਕਸ ਟੂ ਪ੍ਰਿੰਸੀਪਲ ਸਰ ਔਰ ਥੈਂਕਸ ਟੂ ਡਿਪਾਰਟਮੈਂਟਸ ਮਿਲ ਜਾਊਗਾ ਸਰ। ਸਰ ਸਰ ਬੱਚੇ ਕਿਤੇ ਨਾ ਕਿਤੇ ਇਸ ਨੂੰ ਐਪਰੀਸ਼ੀਏਟ ਕਰ ਰਹੇ ਨੇ, ਪਰ ਦੂਜੇ ਪਾਸੇ ਮੁਹਿੰਮ ਦਾ ਹਿੱਸਾ ਬੱਚਿਆਂ ਨੂੰ ਬਣਾਇਆ ਗਿਆ, ਲੱਗਦਾ ਉਮੀਦ ਹੈਗੀ ਹੈ ਕਿਉਂਕਿ ਨਜਿੱਠਣ ਦੇ ਲਈ ਲਗਾਤਾਰ ਸਰਕਾਰ ਯਤਨ ਕਰ ਰਹੀ ਹੈ। ਉਹਨਾਂ ਨੇ ਕਿਹਾ ਕਿ ਸਾਡੇ ਕੋਲ ਇੰਤਜ਼ਾਮ ਪੂਰੇ ਨੇ, ਦਵਾਈਆਂ ਪੂਰੀਆਂ ਨੇ, ਪਰ ਦੂਸਰੇ ਪਾਸੇ ਬੱਚਿਆਂ ਦੀ ਵੀ ਮਦਦ। ਬਿਲਕੁਲ ਜੀ, ਕਿਉਂਕਿ ਬੱਚੇ ਅਸੀਂ ਸਮਾਜ ਦਾ ਹਿੱਸਾ ਵਾਂ, ਜੇ ਅਸੀਂ ਆਪਣਾ ਸਮਾਜ ਦੇ ਪ੍ਰਤੀ ਜੋ ਸਾਡਾ ਰੋਲ ਹੈ, ਅਸੀਂ ਬੱਚਿਆਂ ਨੂੰ ਜਿਨ੍ਹਾਂ ਨੂੰ ਤਿਆਰ ਕਰਦੇ ਹਾਂ ਕੱਲ੍ਹ ਦਾ, ਉਹੀ ਸਾਡਾ ਫਿਊਚਰ ਹੈ। ਜੇ ਸਮਾਜ ਦੇ ਅਸੀਂ ਲੋਕਾਂ ਨੇ ਮਿਲ ਕੇ ਇਹ ਕੰਮ ਕੀਤਾ ਤਾਂ ਸਮਾਜ ਦੀ ਕੋਈ ਵੀ ਐਡੀ ਸਮੱਸਿਆ ਨਹੀਂ ਜਿਹੜੀ ਹੱਲ ਨਾ ਕੀਤੀ ਜਾ ਸਕੇ। ਇਸ ਲਈ ਸਾਡੇ ਬੱਚੇ ਤਰਬਰ ਤਿਆਰ ਨੇ, ਉਹ ਹਰ ਸਮੱਸਿਆ ਦਾ ਸਾਹਮਣਾ ਕਰਨਗੇ। ਅਸੀਂ ਬਿਲਕੁਲ ਸਪੋਰਟਰ ਬੀਂਗ ਏ ਮਾਂ ਪਿਓ ਦੇ ਹਿੱਸ ਬਣ ਕੇ ਅਸੀਂ ਉਹਨਾਂ ਦੀ ਮਦਦ ਕਰਕੇ ਇਹ ਕੰਮ ਜਿਹੜੀ ਬਿਮਾਰੀ ਹੈ ਉਸ ਨੂੰ ਜੜੋਂ ਮੁਕਾਵਾਂਗੇ। ਕਿੰਨੇ ਕੁ ਬੱਚਿਆਂ ਦੇ ਨੰਬਰ ਆਉਣ ਦੀ ਉਮੀਦ ਹੈਗੀ ਹੈ? ਕਿਉਂਕਿ ਆਮ ਤੌਰ 'ਤੇ ਪ੍ਰਿੰਸੀਪਲ ਨੂੰ ਉਮੀਦ ਹੋ ਜਾਂਦੀ ਹੈ ਕਿ ਸਾਡੇ ਬੱਚੇ ਇਸ ਕਾਬਲ ਨੇ। ਮੇਰੇ ਕੋਲ 5000 ਬੱਚੇ ਹੈ ਜੀ, ਮੈਂ ਤਾਂ ਚਾਹਾਂਗਾ ਕਿ ਮੈਂ 5000 ਬੱਚੇ ਨੂੰ ਗ੍ਰੇਸ ਮਾਰਕਸ ਦੇਵਾਂ। ਮੈਂ 5000 ਬੱਚੇ ਨੂੰ ਗ੍ਰੇਸ ਮਾਰਕਸ ਦੇਵਾਂ ਵੀ ਉਹਨਾਂ ਦੀਆਂ ਮੇਰੇ ਕੋਲ ਰਿਪੋਰਟਾਂ ਆਉਣ ਵੀ ਉਹਨਾਂ ਨੇ ਇਸ ਡੇਂਗੂ ਪ੍ਰੋਬਲਮ ਨੂੰ ਨਜਿੱਠਣ ਦੇ ਲਈ ਬਹੁਤ ਵੱਡਾ ਇੱਕ ਉਪਰਾਲਾ ਕੀਤਾ। ਮੇਰੇ ਕੋਲ ਉਹਨਾਂ ਦਾ ਕੰਮ ਆਇਆ, ਉਸ ਕੰਮ ਦੇ ਗ੍ਰੇਸ 'ਤੇ ਮੈਂ 5000 ਬੱਚਿਆਂ ਨੂੰ ਇੱਕ ਇੱਕ ਨੰਬਰ ਜੋ ਮੈਂ ਸਾਡਾ ਸਿਹਤ ਵਿਭਾਗ ਕਹਿ ਰਿਹਾ ਮੈਂ ਦੇਵਾਂ। ਸੋ ਸਕੂਲ PAU ਸਕੂਲ ਦੇ ਵਿੱਚ ਅਸੀਂ ਬੱਚਿਆਂ ਨਾਲ ਵੀ ਗੱਲਬਾਤ ਕੀਤੀ ਹੈ, ਪ੍ਰਿੰਸੀਪਲ ਦੇ ਨਾਲ ਵੀ ਗੱਲਬਾਤ ਕੀਤੀ ਹੈ, ਤਾਂ ਜਿੱਥੇ ਉਹਨਾਂ ਨੇ ਸਾਫ਼ ਤੌਰ 'ਤੇ ਕਿਹਾ
ਕਿ ਡੇਂਗੂ ਨਾਲ ਨਜਿੱਠਣ ਦੇ ਲਈ ਜਿਹੜੀ ਪੰਜਾਬ ਸਰਕਾਰ ਦੀ ਗਾਈਡਲਾਈਨਸ ਆਈ ਹੈ ਉਸ ਦੀ ਅਣਬਿਣ ਪਾਲਣਾ ਵੀ ਕੀਤੀ ਜਾਵੇਗੀ, ਨਾਲ ਨਾਲ ਬੱਚਿਆਂ ਨੂੰ ਅਵੇਅਰ ਕੀਤਾ ਜਾ ਰਿਹਾ। ਤਾਂ ਉਮੀਦ ਉਹਨਾਂ ਨੇ ਜਤਾਈ ਹੈ ਕਿ ਸਾਰੇ ਦੇ ਸਾਰੇ ਬੱਚੇ ਜਿਹੜੇ ਨੇ ਉਹ ਵਧੀਆ ਪਰਫੋਰਮ ਕਰਨਗੇ ਔਰ ਉਹਨਾਂ ਦਾ ਜਿਹੜਾ ਇੱਕ ਨੰਬਰ ਸਰਕਾਰ ਨੇ ਕਿਹਾ ਕਿ ਇੱਕ ਐਕਸਟਰਾ ਜਿਹੜਾ ਉਹਨੂੰ ਮਾਰਕ ਦਿੱਤਾ ਜਾਊਗਾ, ਮਾਰਕਸ ਦਿੱਤਾ ਜਾਊਗਾ, ਤਾਂ ਉਸਨੂੰ ਵੀ ਲੈ ਕੇ ਉਹਨਾਂ ਨੇ ਉਮੀਦ ਜਤਾਈ ਹੈ ਕਿ 5000 ਦੇ ਕਰੀਬ ਬੱਚੇ ਨੇ। ਤਾਂ ਉਮੀਦ ਹੈ ਕਿ 5000 ਦੇ 5000 ਜਿਹੜੇ ਬੱਚੇ ਨੇ ਉਹ ਇਸ ਮੁਹਿੰਮ ਦਾ ਹਿੱਸਾ ਬਣਨਗੇ ਅਤੇ ਉਹ ਜਿਹੜੇ ਨੰਬਰ ਹਾਸਲ ਕਰਨਗੇ। ਹੁਣ ਦੇਖਣਾ ਇਹ ਹੋਵੇਗਾ ਕਿ ਡੇਂਗੂ ਨਾਲ ਨਜਿੱਠਣ ਦੇ ਲਈ ਬਾਕੀ ਸਕੂਲ ਕਿਸ ਤਰੀਕੇ ਦੇ ਨਾਲ ਅੱਗੇ ਆਉਂਦੇ ਨੇ ਜਾਂ ਕਿਸ ਤਰੀਕੇ ਦੇ ਨਾਲ ਉਹਨਾਂ ਦੀ ਲਗਨ ਰਹਿੰਦੀ ਹੈ। ਲੁਧਿਆਣਾ ਤੋਂ ਰਜਿੰਦਰ ਅਰੋੜਾ, ਨਿਊਜ਼ 18।